ਆਪਣੇ ਇਖਤਤਾਮ ਤੇ ਆ ਗਈ ਹੈ ਬਿਲਕੁਲ ਵਕਤ ਕਲੀਲ ਰਹਿ ਗਿਆ ਅੱਜ ਦੇ ਸਾਹਮਣੇ ਅਜ਼ਾਕਰਾ ਲਬੈਸ ਸੈਕਿੰਦ ਮਨਵਰ ਹੁਸੈਨ ਸ਼ਾਹ ਸਾਹਿਬ ਉਹ ਪੜਨ ਤੋਂ ਬਾਅਦ ਖਤੀਬ ਆ ਲਬੈਸ ਸੈਕਿੰਦ ਨਸੀਮ ਹੁਸੈਨ ਸ਼ਾਹ ਸਾਹਿਬ ਔਰ ਉਹ ਤੋਂ ਬਾਅਦ ਮੈਂ ਇਲਤਮਾਸ ਕਰਾਂਗਾ ਸੈਕਿੰਦ ਅਜ਼ਾਕਰੀ ਨਫੀਸ ਅਜ਼ਾਕਰੀ ਪੀਰ ਸੈਕਿੰਦ ਅਲੀ ਮੁਜ਼ੰਮਲ ਨਕਵੀ ਸਾਹਿਬ ਕਿ ਉਹ ਤਸ਼ਰੀਫ ਲੈ ਆਉਣ ਦੇ ਆਖਰ ਤੇ ਬੈਰੁਲ ਮਸਾਹਿਬ ਇੱਜ਼ਤ ਇਮਾਮ ਪੀਰ ਸੈਕਿੰਦ ਹਮਦ ਸ਼ਰਾਜੀ ਸਾਹਿਬ ਤਾਬੂਤ ਸਰਕਾਰ ਅਲੀ ਅਕਬਰ ਬਾਦਸ਼ਾਹ ਬਰਾਮਦ ਕਰਾਂ ਦੇ ਮੁਹੰਮਦ ਵ ਅਲੀ ਬੈਤ ਮੁਹੰਮਦ ਸਲਾਵਾਤ دعا بسم اللہ الرحمن الرحیم اللهم صل على محمد و آل محمد میرے کریم اللہ اے دس دن دی آزاداری ذکر حسین دا لنگر غریب کربلا دا امام زمانہ بادشاہ اپنی بارگاہ وچ منظور و مقبول اس پاک ذکر جتنے مومن شیعہ سنی سید امتی جس جس مقام تو تشریف فرما ہے کریم اللہ ذکر پاک دی عزت دا صدقہ تمام دے مرحومین دے درجہ بلند کریم اللہ ملک محفوظ صاحب دے بزرگانو صحت و سلامتی عطا فرما اور ساڈے بھائی دی سائی و محنت جتنا خرچ خراجات امام حسین علیہ السلام دے ਨਾਂ ਤੇ ਕੀਤਾ ਨੇ ਕਰੀਮ ਅੱਲਾ ਆਪਣੀ ਬਾਰਗਹਿ ਚ ਮਨਜ਼ੂਰ ਹੋ ਮਕਬੂਲ ਫਰਮਾ ਕਰੀਮ ਅੱਲਾ ਜੋ ਅਮੀਰ ਗਰੀਬ ਜੋ ਹਜੋ ਜ਼ਿਆਰਤ ਦਾ ਕਸਦ ਰੱਖਦੇ ਮਕਾਮਾਂ ਤੇ ਮੁਕੱਦਸਾ ਦੀ ਜ਼ਿਆਰਤ ਨਸੀਬ ਬਿਲਖਸੂਸ ਮੱਕਾ ਮਦੀਨਾ ਨਜਫ ਅਸ਼ਰਫ ਕਰਬਲਾ ਮੁਅੱਲਾ ਇਰਾਨ ਇਰਾਕ ਖਸੂਸਨ ਸ਼ਾਮ ਦੀ ਜ਼ਿਆਰਤ ਨਸੀਬ ਕਰੀਮ ਅੱਲਾ ਜਿਸ ਜਿਸ ਵੀ ਅਸੀਂ ਇਮਾਮ ਹੁਸੈਨ ਅਲੈਹ ਸਲਾਮ ਦੇ ਜ਼ਿਕਰ ਪਾਕ ਦੇ ਵਿੱਚ ਜਿਹੜੀ ਜਿਹੜੀ ਡਿਊਟੀ ਕੀਤੀ ਹੈ ਜਿਸ ਸਬੀਲ ਆਈ ਹੈ ਜਿਸ ਕਿਸੇ ਮਾਤਮੀ ਨੂੰ ਪਾਣੀ ਪਿਵਾਇਆ ਔਰ ਜਿੰਨੇ ਮੇਰੇ ਪਿਆਰੇ ਭਾਈਆਂ ਨਾਜ਼ਰ ਮਿੰਬਰ ਕਮਰ ਸਾਹਿਬ ਭਾਈ ਹਯਾਤ ਦੀਵਾਨਾ ਸਾਹਿਬ ਜਿਨ੍ਹਾਂ ਜਿਨ੍ਹਾਂ ਵੀ ਬਾਦਸ਼ਾਹਾਂ ਦੇ ਜ਼ਿਕਰ ਦੇ ਨੌਕਰੀ ਕੀਤੀ ਹੈ ਕਰੀਮ ਅੱਲਾ ਆਪਣੀ ਬਾਰਗਹਿ ਚ ਮਨਜ਼ੂਰ ਹੋ ਮਕਬੂਲ ਕਰੀਮ ਅੱਲਾ ਸਾਡੇ ਆਖਰੀ ਵਾਰਸ ਬਕੀਆਤੁੱਲਾ ਯੂਸਫ ਆਲ ਮੁਹੰਮਦ ਇਮਾਮ ਬਰਹਾਕ ਦਾ ਜਲਦ ਸਲਾਵਾਤ ਪੜ੍ਹੋ ਉੱਚੀ ਆਵਾਜ਼ ਨਾਲ ਸਾਰੇ ਸ਼ਾਮ ਹੋ ਗਈ ਆਪਣੇ ਆਪ ਨੂੰ ਥੋੜ੍ਹਾ ਨਾ ਸਮਝੋ ਕੋਸ਼ਿਸ਼ ਕਰੋ ਉੱਚੀ ਆਵਾਜ਼ ਨਾਲ ਸਲਾਵਾਤ ਪੜ੍ਹੋ ਅੱਲਾਹੁਮਾ ਮੇਰੇ ਤੋਂ ਪਹਿਲੇ ਵੀ ਮੌਲਾ ਦੇ ਅਜ਼ੀਮ ਅਦਾ ਖਾਨ ਬੜੇ ਸੋਹਣੇ ਅੰਦਾਜ਼ ਦੇ ਨਾਲ ਮੌਲਾ ਦੇ ਫਜ਼ੈਲ ਔਰ ਮੁਸਾਹਿਬ ਬਿਆਨ ਪਾ ਕਰਦੇ ਆ ਔਰ ਮੇਰੇ ਤੋਂ ਬਾਅਦ ਇਹ ਜੀ ਵਾਜਬ ਇਹਤਰਾਮ ਕਿਬਲਾ ਸੈਯਦ ਨਸੀਮ ਬਾਸ ਕਿਬਲਾ ਹਕੂਮੀ ਸਾਹਿਬ ਬਰਾਦਰ ਬਜ਼ੁਰਗ ਔਰ ਮੌਲਾ ਦੇ ਇੱਜ਼ਤਦਾਰ ਮਾਤਮੀ ਅਜ਼ਾਦਾਰ ਮੇਰੇ ਤੋਂ ਬਾਅਦ ਉਹ ਪੜਸਨ ਸ਼ਾਮ ਹੋ ਗਈ ਵਤਨ ਵਾਲਿਆਂ ਕੋਈ ਜ਼ਿਆਦਾ ਦੇਰ ਕੱਲ ਇਨਸ਼ਾਅੱਲਾ ਬਸ਼ਰ ਤੇ ਜ਼ਿੰਦਗੀ ਜਿਤਨਾ ਹੁਕਮ ਮਿਲ ਸੀ ਉਤਨੀ ਮੌਲਾ ਦੀ ਡਿਊਟੀ ਹੋ ਸੀ ਇਹ ਨਸੀਮ ਸ਼ਾਹ ਜੀ ਸੈਯਦ ਅਜ਼ਾਦਾਰ ਉਹ ਮਾਤਮੀਓ ਜ਼ਿੰਦਗੀ ਦੀ ਪਹਿਲੀ ਨਮਾਜ਼ ਸ਼ਾਮ ਹੋ ਗਈ ਹੈ ਤੁਹਾਡਾ ਜ਼ਿਹਨ ਨਾ ਫੇਰਨਾ ਚਾਹੁੰਦਾ ਇੱਕ ਹੰਝ ਆ ਗਈ ਤੇਰੀ ਮੇਰੀ ਬਖਸ਼ ਦਾ ਜ਼ਰੀਆ ਮਦਨ ਵਾਲਿਆ ਉਹ ਜ਼ਿੰਦਗੀ ਦੀ ਪਹਿਲੀ ਨਮਾਜ਼ ਅਲੀ ਦੀ ਧੀ ਨੂੰ ਜਾਫਰ ਇਤਿਆਰ ਦੀ ਅਜ਼ਾਦਾਰਾਂ ਖੁੱਲ੍ਹੇ ਹੋਏ ਵਾਲਾਂ ਦੇ ਨਾਲ ਜ਼ਿੰਦਗੀ ਦੀ ਪਹਿਲੀ ਨਮਾਜ਼ ਮੇਰੀ ਸੈਨ ਬਗੈਰ ਚਾਦਰ ਦੇ ਸ਼ਾਮੇ ਗਰੀਬਾਂ ਪੜੀਏ ਭਲਾ ਹੋਵੇ ਮੌਲਾ ਪੁੱਤਰਾਂ ਦੀ ਜ਼ਿੰਦਗੀ ਕਰੇ ਇਸੇ ਤਰ੍ਹਾਂ ਜ਼ਿਕਰ ਪਾ ਕੇ ਹੰਝ ਆ ਗਈ ਹੈ ਲੱਖ ਵਾਰੀਆ ਕਪੀਰ ਮੁਰਤਜ਼ਾ ਸ਼ਾਹ ਦੀ ਪਹਿਲੀ ਨਮਾਜ਼ ਤੁਹਾਡੀ ਦਾਦੀ ਆਲੀਆ ਸੈਨ ਅਜ਼ਾਦਾਰਾਂ ਮੇਰੀ ਜ਼ਿੰਦਗੀ ਗੁਜ਼ਰ ਗਈ ਹੈ ਤੁਹਾਡੇ ਸਾਹਮਣੇ ਮੌਲਾ ਦੀ ਨੌਕਰੀ ਕਰਦੇ ਹਾਂ ਮੈਂ ਜਿੰਨਾ ਤੋਂ ਬੱਕੀ ਖਲੋ ਕੇ ਸਹਿਣ ਤੋਂ ਕਿੰਨੀ ਹੀ ਦਬੇ ਪਹਿਲੀ ਨਮਾਜ਼ ਸ਼ਾਮੇ ਗਰੀਬਾਂ
علی بادشاہ دی دھی بغیر چادر تے پڑی ہے جتنی پردے دے اندر میری ماں بہناں دیاں تشریف فرمائیاں بھائی دعا میرے سامنے کربلا دے بیٹھے بھائی ارشاد جی شام غریباں سیداں ادب دی ذاکری دے دو بیٹھ کرا شام غریباں اینا مسلماناں صدا دے خیمیاں نو این جاگ لائیے جویں شکائی جنگل نو اگ لاؤ جوانی مانے بھائی آزادارا اوکھے میری سین میں بالکل ہک مہن کرنا ہے واجب الاحترام دے ممبر حوالے آزادارا اوکھے میری سین برا دے یتیم کٹھے کیتے اوے میرے وطن والے مولا پتراں دی زندگی کری جیڑی جناب عباس دے بھائی جان لے دے تے سمجھ آئے انہاں بچیاں نو پتہ نہیں اندر اوکھے میری سین ایک جملہ ہے بھائی ارشاد جی سامنے آ گیا ہے قبلہ حضر حسن زیدی مرحوم اللہ درجات بلان فرمانے او پڑھ دے ہوندے سمی زاکرہ علماء تو سنے او پڑھ دے ہوندے ان صدا دے شام غریباں بچے نکھرین جی میں شریف دی تسبیح دا گاکا کھڑ دا ہے تے دانے نکھڑ دے نظر اے یتیم نکھڑ گئے اوکے میری سین برا دے یتیم کٹھے کیتے ازادارا کٹھے یتیم کر کے تے میری سینی ازادارا علی دیاں تریوے دیاں ایک ڈبے تے آ کے گئی سینی نجب دے پاسے میری سینی دا منہ پھریا ازادارا رجل نہیں میری علی حسین اوے وطن والے نجب دے پاسے میری سینی دا منہ پھریا تے رو رو کے کری آندی اے نہیں آگ بجھدی تیریاں دیاں تو بھلا ہوئے نوکر ہاں لاکھ واری آکاں تے ساڈے گھر بابا امداد بی بی رو کے آندی آوے مشکل وقت جو دیاں تے آندے وال وال پے کے اے ماتمیاں اڑنی میری سین تے رو رو کے کھڑی آندی اے میں تلیاں ਤੇ ਨਹੀਂ ਅੱਖ ਖੋਲੀ ਸਜਾ ਦੇ ਬੀਬੀਆਂ ਦੀ